ਰੋਡ ਕ੍ਰੋਸ ਕਰਦੀ ਬਾਈਕ ਨੂੰ ਕਾਰ ਨੇ ਮਾਰੀ ਟੱਕਰ। ਮੌਕੇ ਤੇ ਦੋ ਬੰਦਿਆਂ ਦੀ ਹੋਈ ਦਰਦਨਾਕ ਮੌਤ। 15 ਫੁੱਟ ਦੂਰ ਜਾ ਕੇ ਡਿੱਗੇ ਬਾਈਕ ਸਵਾਰ। ਤਾਂ ਦੱਸ ਦਈਏ ਕਿ ਦਰਦਨਾਕ ਹਾਦਸਾ ਹੋਇਆ ਜਿੱਥੇ ਦੋ ਲੋਕਾਂ ਦੀ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਰੋਡ ਕ੍ਰੋਸ ਕਰਦੇ ਸਮੇਂ ਸਾਹਮਣੇ ਤੋਂ ਗੱਡੀ ਆ ਰਹੀ ਸੀ ਤਾਂ ਬਾਈਕ ਸਵਾਰ ਇਸ ਨੂੰ ਵੇਖ ਕੇ ਘਬਰਾ ਜਾਂਦਾ ਹੈ ਤੇ ਉਸਦੀ ਬਾਈਕ ਸੜਕ ਦੇ ਵਿਚਾਲੇ ਹੀ ਬੰਦ ਹੋ ਜਾਂਦੀ ਹੈ ਤੇ ਤੇਜ਼ ਰਫ਼ਤਾਰ ਕਾਰ ਨੇ ਬਾਈਕ ਨੂੰ ਇੰਨੀ ਭਿਆਨਕ ਟੱਕਰ ਮਾਰੀ ਜਿਸ ਕਾਰਨ ਦੋਨੋਂ ਬਾਈਕ ਸਵਾਰ 15 ਫੁੱਟ ਦੂਰ ਜਾ ਕੇ ਡਿੱਗਦੇ ਨੇ ਤੇ ਇਹਨਾਂ ਦੀ ਮੌਤ ਹੋ ਜਾਂਦੀ ਹੈ, ਜਿਸ ਤੋਂ ਬਾਅਦ ਮੌਕੇ ਤੇ ਕਾਫੀ ਲੰਮਾ ਜਾਮ ਵੀ ਲੱਗ ਜਾਂਦਾ ਹੈ। ਤਾਂ ਦੱਸ ਦਈਏ ਕਿ ਅਬੋਹਰ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਟੱਕਰ ਤੋਂ ਬਾਅਦ ਕਾਰ ਵੀ ਬੁਰੀ ਤਰੀਕੇ ਦੇ ਨਾਲ ਨੁਕਸਾਨੀ ਜਾਂਦੀ ਹੈ ਤਾਂ ਮੌਕੇ ਤੇ ਪੁਲਿਸ ਦੀ ਟੀਮ ਵੀ ਪਹੁੰਚਦੀ ਹੈ। ਉਹਨਾਂ ਦੇ ਵੱਲੋਂ ਲਾਸ਼ ਨੂੰ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਭਿਜਵਾ ਦਿੱਤਾ ਹੈ। ਤਾਂ ਇਹ ਮੌਕੇ ਦੀਆਂ ਤਸਵੀਰਾਂ ਨੇ ਵੇਖ ਸਕਦੇ ਹੋ ਕਿੰਨਾ ਦਰਦਨਾਕ ਹਾਦਸਾ ਹੋਇਆ ਜਿਸ ਦੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਹੈ। ਤਾਂ ਬਾਈਕ ਸਵਾਰ ਜਦ ਰੋਡ ਕ੍ਰੋਸ ਕਰ ਰਹੇ ਹੁੰਦੇ ਆ ਤਾਂ ਸਾਹਮਣੇ ਤੋਂ ਤੇਜ਼ ਰਫ਼ਤਾਰ ਕਾਰ ਆ ਰਹੀ ਹੁੰਦੀ ਹੈ ਜਿਸ ਨੂੰ ਵੇਖ ਕੇ ਬਾਈਕ ਸਵਾਰ ਘਬਰਾ ਗਿਆ ਤੇ ਉਸਦੀ ਬਾਈਕ ਉੱਥੇ ਹੀ ਬੰਦ ਹੋ ਜਾਂਦੀ ਹੈ। ਇਸ ਤੋਂ ਪਹਿਲਾਂ ਕਿ ਕਾਰ ਵਾਲਾ ਬ੍ਰੇਕ ਲਗਾਉਂਦਾ ਇੰਨੇ ਨੂੰ ਕਾਰ ਨੇ ਬਾਈਕ ਨੂੰ ਭਿਆਨਕ ਟੱਕਰ ਮਾਰੀ ਜਿਸ ਕਾਰਨ ਦੋਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਜਿਹੜੀ ਹੈਗੀ ਸੜਕ ਸੁਰੱਖਿਆ ਨੂੰ ਜਿਹੜੀ ਸੜਕ ਸੁਰੱਖਿਆ ਫੋਰਸ ਲੱਗੀ ਹੈ ਜਾਂ ਜਿਹੜੀ ਸੜਕ ਦੀ ਜਿਹੜੀ ਟੋਲ ਨਾਕਾ ਹੈਗਾ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿਉਂਕਿ ਖੂਹੀਆਂ ਸਰਵਰ ਦੇਖੋ ਜੀ ਪੁਲ ਨਹੀਂ ਬਣਿਆ ਹੋਇਆ। ਇਹਦੇ ਕਰਕੇ ਐਕਸੀਡੈਂਟ ਇੱਥੇ ਹੋ ਹੀ ਜਾਂਦੇ ਹੋਣਗੇ ਵੀ ਹੋਰ ਵੀ ਹੋਣਗੇ, ਪਰ ਜਦੋਂ ਤੱਕ ਇਹਦਾ ਬਾਲ ਨਹੀਂ ਕੀਤੇ ਜਾਊਗੇ ਜਾਲੀਆਂ ਲੱਗੇ ਸਾਈਡ 'ਤੇ ਜਿਹੜੀ ਗੱਡੀ ਆਉਣੀ ਹੈ ਤਾਂ ਤੁਸੀਂ ਦੇਖੋ ਜਿਹੜੀ ਸੜਕ ਹੈਗੀ ਬਹੁਤ ਵਧੀਆ ਸੜਕ ਹੈਗੀ, ਇਸ 'ਤੇ ਗੱਡੀਆਂ ਸਪੀਡ ਨਾਲ ਹੀ ਆਉਣੀ ਹੈ ਅਤੇ ਇੱਧਰੋਂ ਮੋਟਰਸਾਈਕਲ ਵੀ ਵਿਚਾਰੇ ਜਿਹੜੇ ਜਾਲੀਆਂ ਹੁੰਦੀ ਤਾਂ ਅੱਜ ਇਹ ਸਟੈਂਡ ਨਾ ਹੁੰਦਾ ਜਾਂ ਪੁਲ ਬਣਿਆ ਹੁੰਦਾ ਤਾਂ ਇਹ ਹਾਦਸਾ ਅੱਜ ਨਹੀਂ ਵਾਪਰਿਆ ਜਾਣਾ ਸੀਗਾ। ਬਾਹਰ ਪਤਾ ਕਰੀ ਜਾਂਦੇ ਹਾਂ ਜੀ, ਉਹਨੇ ਹੁਣ ਪੁਲਿਸ ਕਰੀ ਜਾਂਦੀ ਹੈ ਜੀ, ਉਹ ਆਈ ਡੀ ਚੈੱਕ ਕਰਕੇ ਕਰੀ ਜਾਂਦੇ ਆ, ਜਿਹੜਾ ਪਤਾ ਲੱਗਿਆ ਸਾਨੂੰ ਹਿੰਦੂ ਮਲਕੋਟ ਦੇ ਮੋਟਰਸਾਈਕਲ ਹੈ ਜੀ, RJ13 ਨੰਬਰ ਹੈ ਜੀ। ਸਾਨੂੰ ਸੂਚਨਾ ਮਿਲੀ ਸੀ ਮੋਬਾਈਲ ਤੋਂ ਆਪਣੇ ਪੱਥਰ ਵਾਲੇ ਵਜ਼ੀਰ ਨੇ ਕੀਤਾ ਸੀ ਸਾਨੂੰ ਫੋਨ ਕਿ ਐਕਸੀਡੈਂਟ ਹੋ ਗਿਆ ਜੀ, ਇਹ ਗੱਡੀ ਆ ਰਹੀ ਸੀ ਅਬੋਹਰ ਤੋਂ ਮਿਲਣਾ ਰੈਸਾ ਨਗਰ ਜਾ ਰਹੇ ਸੀ। ਠੀਕ ਹੈ ਜੀ, ਹਿੰਮਤਪੁਰੇ ਦਾ ਇਲਾਕਾ ਜੀ, ਕਾਰ ਵਾਲਾ ਜੀ। ਹਾਂਜੀ, ਜਿਹੜਾ ਅਤੇ ਇਹ ਕਹਿੰਦੇ ਵੀ ਕ੍ਰੋਸ ਕਰਨ ਲੱਗਿਆ ਸੀ ਜੀ ਆਪਣਾ ਘੱਟ। ਠੀਕ ਹੈ, ਹਾਂ ਗੱਡੀ ਉੱਧਰੋਂ ਵੀ ਸਪੀਡ 'ਤੇ ਆ ਰਹੀ ਸੀ, ਘਬਰਾ ਕੇ ਦੱਸਣ ਦੇ ਮੁਤਾਬਕ ਹੈ ਜੀ ਲੋਕਾਂ ਦੇ, ਕਹਿੰਦੇ ਮੋਟਰਸਾਈਕਲ ਕਹਿੰਦੇ ਰੁਕ ਗਿਆ, ਘਬਰਾ ਗਿਆ ਵੈਸੇ ਉਹ, ਹਾਂ ਤਾਂ ਗੱਡੀ ਹਿੱਟ ਹੋ ਗਈ, ਦੋ ਜਣਿਆਂ ਦੀ ਹੋਈ ਹੈ ਅਤੇ ਮਲਕੋਟ ਦੇ ਵਾਸੀ ਹੈ ਜੀ। ਹਾਂਜੀ, ਇੱਕ ਦਾ ਪਤਾ ਲੱਗਿਆ ਲਕਸ਼ਮਣ ਸਾਡਾ ਪ੍ਰਭਾਤੀ ਦਾ, ਇਹ ਲੋਡਰ ਵਗੈਰਾ ਦਾ ਕੰਮ ਕਰਦੇ ਆ ਜੀ ਇੱਥੇ ਲੋਕਲ ਹੀ, ਕੰਮ ਧੰਦੇ ਦੇ ਸੰਬੰਧ 'ਚ ਕੋਈ ਆ। ਰੋਡ ਕ੍ਰੋਸ ਕਰਦੀ ਬਾਈਕ ਨੂੰ ਕਾਰ ਨੇ ਮਾਰੀ ਟੱਕਰ। ਮੌਕੇ ਤੇ ਦੋ ਬੰਦਿਆਂ ਦੀ ਹੋਈ ਦਰਦਨਾਕ ਮੌਤ। 15 ਫੁੱਟ ਦੂਰ ਜਾ ਕੇ ਡਿੱਗੇ ਬਾਈਕ ਸਵਾਰ। ਤਾਂ ਦੱਸ ਦਈਏ ਕਿ ਦਰਦਨਾਕ ਹਾਦਸਾ ਹੋਇਆ ਜਿੱਥੇ ਦੋ ਲੋਕਾਂ ਦੀ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਰੋਡ ਕ੍ਰੋਸ ਕਰਦੇ ਸਮੇਂ ਸਾਹਮਣੇ ਤੋਂ ਗੱਡੀ ਆ ਰਹੀ ਸੀ ਤਾਂ ਬਾਈਕ ਸਵਾਰ ਇਸ ਨੂੰ ਵੇਖ ਕੇ ਘਬਰਾ ਜਾਂਦਾ ਹੈ ਤੇ ਉਸਦੀ ਬਾਈਕ ਸੜਕ ਦੇ ਵਿਚਾਲੇ ਹੀ ਬੰਦ ਹੋ ਜਾਂਦੀ ਹੈ ਤੇ ਤੇਜ਼ ਰਫ਼ਤਾਰ ਕਾਰ ਨੇ ਬਾਈਕ ਨੂੰ ਇੰਨੀ ਭਿਆਨਕ ਟੱਕਰ ਮਾਰੀ ਜਿਸ ਕਾਰਨ ਦੋਨੋਂ ਬਾਈਕ ਸਵਾਰ 15 ਫੁੱਟ ਦੂਰ ਜਾ ਕੇ ਡਿੱਗਦੇ ਨੇ ਤੇ ਇਹਨਾਂ ਦੀ ਮੌਤ ਹੋ ਜਾਂਦੀ ਹੈ, ਜਿਸ ਤੋਂ ਬਾਅਦ ਮੌਕੇ ਤੇ ਕਾਫੀ ਲੰਮਾ ਜਾਮ ਵੀ ਲੱਗ ਜਾਂਦਾ ਹੈ। ਤਾਂ ਦੱਸ ਦਈਏ ਕਿ ਅਬੋਹਰ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਟੱਕਰ ਤੋਂ ਬਾਅਦ ਕਾਰ ਵੀ ਬੁਰੀ ਤਰੀਕੇ ਦੇ ਨਾਲ ਨੁਕਸਾਨੀ ਜਾਂਦੀ ਹੈ। ਤਾਂ ਮੌਕੇ ਤੇ ਪੁਲਿਸ ਦੀ ਟੀਮ ਵੀ ਪਹੁੰਚਦੀ ਹੈ, ਉਹਨਾਂ ਦੇ ਵੱਲੋਂ ਲਾਸ਼ ਨੂੰ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਭਿਜਵਾ ਦਿੱਤਾ ਹੈ। ਤਾਂ ਇਹ ਮੌਕੇ ਦੀਆਂ ਤਸਵੀਰਾਂ ਨੇ ਵੇਖ ਸਕਦੇ ਹੋ ਕਿੰਨਾ ਦਰਦਨਾਕ ਹਾਦਸਾ ਹੋਇਆ ਜਿਸ ਦੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਹੈ। ਤਾਂ ਬਾਈਕ ਸਵਾਰ ਜਦ ਰੋਡ ਕ੍ਰੋਸ ਕਰ ਰਹੇ ਹੁੰਦੇ ਆ ਤਾਂ ਸਾਹਮਣੇ ਤੋਂ ਤੇਜ਼ ਰਫ਼ਤਾਰ ਕਾਰ ਆ ਰਹੀ ਹੁੰਦੀ ਹੈ ਜਿਸ ਨੂੰ ਵੇਖ ਕੇ
ਬਾਈਕ ਸਵਾਰ ਘਬਰਾ ਗਿਆ ਤੇ ਉਸਦੀ ਬਾਈਕ ਉੱਥੇ ਹੀ ਬੰਦ ਹੋ ਜਾਂਦੀ ਹੈ। ਇਸ ਤੋਂ ਪਹਿਲਾਂ ਕਿ ਕਾਰ ਵਾਲਾ ਬ੍ਰੇਕ ਲਗਾਉਂਦਾ, ਇੰਨੇ ਨੂੰ ਕਾਰ ਨੇ ਬਾਈਕ ਨੂੰ ਭਿਆਨਕ ਟੱਕਰ ਮਾਰੀ, ਜਿਸ ਕਾਰਨ ਦੋਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਜਿਹੜੀ ਹੈਗੀ ਸੜਕ ਸੁਰੱਖਿਆ ਨੂੰ, ਜਿਹੜੀ ਸੜਕ ਸੁਰੱਖਿਆ ਫੋਰਸ ਲੱਗੀ ਹੈ ਜਾਂ ਜਿਹੜੀ ਸੜਕ ਦੀ ਜਿਹੜੀ ਟੂਲ ਨਾਕਾ ਹੈਗਾ, ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ, ਕਿਉਂਕਿ ਖੂਹੀਆਂ ਸਰੋਵਰ ਦੇਖੋ ਜੀ, ਇਹ ਪੁੱਲ ਨਹੀਂ ਬਣਿਆ ਹੋਇਆ। ਇਹਦੇ ਕਰਕੇ ਐਕਸੀਡੈਂਟ ਇੱਥੇ ਹੋ ਹੀ ਜਾਂਦੇ ਹੋਣਗੇ, ਵੀ ਹੋਰ ਵੀ ਹੋਣਗੇ, ਪਰ ਜਦੋਂ ਤੱਕ ਇਹਦਾ ਬਾਲ ਨਹੀਂ ਕੀਤੇ ਜਾਊਗੇ, ਜਾਲੀਆਂ ਲੱਗੇ ਸਾਈਡ 'ਤੇ, ਜਿਹੜੀ ਗੱਡੀ ਆਉਣੀ ਹੈ ਤਾਂ ਤੁਸੀਂ ਦੇਖੋ ਜਿਹੜੀ ਸੜਕ ਹੈਗੀ ਬਹੁਤ ਵਧੀਆ ਸੜਕ ਹੈਗੀ, ਇਸ 'ਤੇ ਗੱਡੀਆਂ ਸਪੀਡ ਨਾਲ ਹੀ ਆਉਣੀ ਹੈ, ਅਤੇ ਇੱਧਰੋਂ ਮੋਟਰਸਾਈਕਲ ਵੀ ਵਿਚਾਰੇ, ਜਿਹੜੇ ਜਾਲੀਆਂ ਹੁੰਦੀ ਤਾਂ ਅੱਜ ਐਕਸੀਡੈਂਟ ਨਾ ਹੁੰਦਾ, ਜਾਂ ਪੁੱਲ ਬਣਿਆ ਹੁੰਦਾ ਤਾਂ ਇਹ ਹਾਦਸਾ ਅੱਜ ਨਹੀਂ ਵਾਪਰਿਆ ਜਾਣਾ ਸੀਗਾ। ਬਾਹਰ ਪਤਾ ਕਰੀ ਜਾਂਦੇ ਜੀ, ਉਹਨੇ ਹੁਣ ਪੁਲਿਸ ਕਰੀ ਜਾਂਦੀ ਹੈ ਜੀ, ਉਹ ਆਈ ਡੀ ਚੈੱਕ ਕਰਕੇ ਕਰੀ ਜਾਂਦੇ ਆ, ਜਿਹੜਾ ਪਤਾ ਲੱਗਿਆ ਸਾਨੂੰ ਹਿੰਦੂ ਮਲਕੋਟ ਦੇ ਮੋਟਰਸਾਈਕਲ ਹੈ ਜੀ, RJ13 ਨੰਬਰ ਹੈ ਜੀ। ਸਾਨੂੰ ਸੂਚਨਾ ਮਿਲੀ ਸੀ ਮੋਬਾਈਲ ਤੋਂ ਆਪਣੇ ਪੱਥਰਾਂ ਦੇ ਵੀਰ ਨੇ ਕੀਤਾ ਸੀ ਸਾਨੂੰ ਫੋਨ, ਕਹਿੰਦੇ ਐਕਸੀਡੈਂਟ ਹੋ ਗਿਆ ਜੀ, ਇਹ ਗੱਡੀ ਆ ਰਹੀ ਸੀ ਅਬੋਹਰ ਤੋਂ ਮਿਲਣਾ ਰੈਸਾ ਨਗਰ ਜਾ ਰਹੇ ਸੀ। ਠੀਕ ਹੈ ਜੀ, ਹਿੰਮਤਪੁਰੇ ਦਾ ਇਲਾਕਾ ਜੀ, ਦਾ ਕਾਰ ਵਾਲਾ ਜੀ। ਹਾਂਜੀ, ਫਿਰ ਅਤੇ ਇਹ ਕਹਿੰਦੇ ਵੀ ਕ੍ਰੋਸ ਕਰਨ ਲੱਗਿਆ ਸੀ ਜੀ ਆਪਣਾ ਕੱਟ। ਠੀਕ ਹੈ। ਹਾਂ, ਗੱਡੀ ਉੱਧਰੋਂ ਵੀ ਸਪੀਡ 'ਤੇ ਆ ਰਹੀ ਸੀ, ਘਬਰਾ ਕੇ ਦੱਸਣ ਦੇ ਮੁਤਾਬਕ ਹੈ ਜੀ ਲੋਕਾਂ ਦੇ, ਕਹਿੰਦੇ ਵਿਚਾਲੇ ਮੋਟਰਸਾਈਕਲ, ਕਹਿੰਦੇ ਰੁਕ ਗਿਆ, ਘਬਰਾ ਗਿਆ ਵੈਸੇ ਉਹ। ਠੀਕ ਹੈ। ਹਾਂ, ਤਾਂ ਗੱਡੀ ਹਿੱਟ ਹੋ ਗਈ, ਦੋ ਜਣਿਆਂ ਦੀ ਹੋਈ ਹੈ ਅਤੇ ਮਲਕੋਟ ਦੇ ਵਾਸੀ ਹੈ ਜੀ। ਹਾਂਜੀ, ਇੱਕ ਦਾ ਪਤਾ ਲੱਗਿਆ ਲਕਸ਼ਮਣ ਸਾਡਾ, ਉਹ ਪ੍ਰਭਾਤੀ ਦਾ, ਇਹ ਲੋਡਰ ਵਗੈਰਾ ਦਾ ਕੰਮ ਕਰਦੇ ਆ ਜੀ ਇੱਥੇ ਲੋਕਲੀ ਜੀ, ਕੰਮ ਧੰਦੇ ਦੇ ਸੰਬੰਧ 'ਚ ਹੋਈ ਆ। ਲਾਸਟ ਕਦੋਂ ਚੱਕੀ ਜਾਊਗੀ ਜੀ? 20-25 ਮਿੰਟ ਹੋ ਗਏ ਜਿਵੇਂ ਤੁਹਾਡੇ 'ਤੇ ਅਸੀਂ ਫੋਨ ਕੀਤਾ ਜੀ, ਉਹ ਕਹਿੰਦੇ ਵੀ 112 ਦੀ ਜ਼ਿੰਮੇਵਾਰੀ ਹੈ ਜੀ।